ਮੈਂ ਵੀ ਸਾਰਿਆਂ ਵੱਲ ਵੀ ਆਇਆ ਸੀ ਇੱਥੇ ਮੈਂ ਨਾ ਇੱਕ ਵਾਰੀ ਬਹੁਤ ਨਸ਼ਾ ਕੀਤਾ ਅਤੇ ਮੈਂ ਨਾ ਪਿਛਲੇ ਕਮਰੇ 'ਚ ਪਿਆ ਆਇਆ ਅਤੇ ਸਾਡੇ ਕੋਈ ਰਿਸ਼ਤੇਦਾਰ ਆਏ ਅਤੇ ਉਹ ਆ ਕੇ ਮੇਰੀ ਵਾਈਫ ਨੂੰ ਕਹਿੰਦੀ ਬਜ਼ੁਰਗ ਸੀ ਕੁੜੀਏ ਕੀ ਹਾਲ ਹੈ ਰੇਲਵੇ ਵਾਲੇ ਦਾ ਮੇਰੀ ਵਾਈਫ ਨੇ ਨਾ ਮਤਲਬ ਕਿ ਆਟਾ ਗੁੰਦੀ ਪੀਸ ਦੇ ਨਾਲ ਰੋਣ ਰਹੀ ਸੀ ਕਹਿੰਦੀ ਭੂਆ ਜੀ ਹੁਣ ਤਾਂ ਗੁਰੂ ਰਾਮਦਾਸ ਦੇ ਹਾਥੀ ਆ ਸਾਡੇ ਵਾਸਤੇ ਗੱਲ ਕੋਈ ਨਹੀਂ ਹੈਗੀ ਉਹਨਾਂ ਨੇ ਆਪ 'ਚ 10-15 ਮਿੰਟ ਗੱਲਾਂ ਕੀਤੀਆਂ ਅਤੇ ਜਾਂਦੀ ਵਾਰੀ ਉਹ ਇਹ ਕਹਿ ਗਈ ਕੁੜੀਏ ਇਹਨੂੰ ਨਾ ਦੁੱਖ ਭੰਜਣੀ ਬੇਰੀ ਥੱਲੇ ਇਸ਼ਨਾਨ ਕਰਾ ਸ਼ਾਇਦ ਇਹਦੀ ਗੱਲ ਬਣ ਜੇ ਉੱਥੋਂ ਬੜੇ ਮਤਲਬ ਕਿ ਮਰੀਜ਼ ਠੀਕ ਹੁੰਦੇ ਚਲੋ ਉਹ ਕਹਿ ਕੇ ਚਲੇ ਗਈ ਪਰ ਉਹ ਗੱਲ ਨਾ ਕਿਤੇ ਮੇਰੇ ਦਿਮਾਗ 'ਚ ਨਾ ਰਹਿ ਗਈ ਜਦੋਂ ਤੁਸੀਂ ਬਹੁਤ ਦੁਖੀ ਹੁੰਦੇ ਜੇ ਨਾ ਬਹੁਤ ਜ਼ਿਆਦਾ ਦੁਖੀ ਹੁੰਦੇ ਜੇ ਉਦੋਂ ਕੋਈ ਗੱਲ ਤੁਹਾਡੇ ਮਨ ਨੂੰ ਲੱਗਦੀ ਹੈ ਉਦੋਂ ਨਾ ਤੁਹਾਡੇ ਮਨ 'ਚ ਇੱਕ ਸਪੇਸ ਬਣ ਜਾਂਦੀ ਹੈ ਜਿੱਥੇ ਉਸ ਗੱਲ ਨੇ ਆ ਕੇ ਆਪਣੀ ਜਗ੍ਹਾ ਬਣਾਉਣੀ ਹੁੰਦੀ ਹੈ ਪਰ ਬੰਦੇ ਦਾ ਜਿਹੜਾ ਹੰਕਾਰ ਆ ਨਾ ਉਹ ਜਗ੍ਹਾ ਬਣਾਉਣ ਨਹੀਂ ਦਿੰਦਾ ਜਿਹੜੀ ਉਹਦੀ ਮਹਿਮ ਆ ਨਾ ਉਹ ਕਿਸੇ ਚੀਜ਼ ਨੂੰ ਆਪਣੀ ਜਗ੍ਹਾ ਨਹੀਂ ਬਣਾਉਣ ਦਿੰਦੀ ਪਰ ਇਹ ਆ ਵੀ ਮੇਰੀ ਸਿਹਤ ਗਈ ਜਦੋਂ ਮੈਂ ਇੱਥੇ ਆਇਆ ਮੇਰਾ 45 ਕਿਲੋ ਭਾਰ ਸੀ ਮੇਰੀ ਸਿਹਤ ਗਈ ਨੌਕਰੀ ਗਈ ਰਿਸ਼ਤੇਦਾਰੀਆਂ ਗਈਆਂ ਇੱਜ਼ਤ ਗਈ ਰਵਿੰਦਰ ਭਾਈ ਜਿਹੜੀ ਤੁਸੀਂ ਗੱਲ ਕਰਦੇ ਨਾ ਮੈਂ ਸਾਰੇ ਇਸ ਫੇਸ 'ਚੋਂ ਲੰਘਿਆ ਮੈਂ ਆਪਣੇ MLA ਦਾ ਪੱਕਾ ਚਿਮਚਾ ਰਿਹਾ ਉਹ ਮੈਨੂੰ ਇੱਥੇ ਆ ਕੇ ਪਤਾ ਲੱਗਾ ਵੀ ਤੂੰ ਚਿਮਚਾ ਹੈਗਾ ਮੇਰੇ ਬੜੇ ਯਾਰ ਹੁੰਦੇ ਸੀ ਆਹ ਗਿੱਲ ਸਾਹਿਬ ਹੈ ਇਹ ਸੰਧੂ ਸਾਹਿਬ ਹੈ ਇਹ ਰਿਆੜ ਸਾਹਿਬ ਹੈ ਇਹ ਬਰਾੜ ਸਾਹਿਬ ਹੈ ਇਹ ਢਿੱਲੋਂ ਸਾਹਿਬ ਹੈ ਪਰ ਜਿੱਦਣ ਆਪਣੇ ਪੀਪੇ 'ਚ ਆਟਾ ਮੁੱਕਾ ਨਾ ਕੋਈ ਨਹੀਂ ਸਾਥ ਚਲੋ ਉਹ ਤਾਂ ਕਹਿ ਕੇ ਚਲੇ ਗਈ ਪਰ ਮਰਦਾ ਕੀ ਨਹੀਂ ਕਰਦਾ ਮੇਰਾ ਹੱਥ ਕੰਬਣੇ ਸਰੀਰ ਕੰਬਣੇ ਜਿਹੜੀ ਚੀਜ਼ ਮੈਂ ਅੰਦਰ ਸੁੱਟਣੀ ਉਹ ਬਾਹਰ ਫਿਰ ਅੰਦਰ ਸੁੱਟਣੀ ਫਿਰ ਬਾਹਰ ਫਿਰ ਸ਼ਰਾਬ ਕਦੀ ਲੂਣ ਪਾ ਕੇ ਪੀ ਕਦੀ ਲਿਮਕਾ ਪਾ ਕੇ ਪੀ ਕਦੀ ਸੁੱਕੀ ਪੀ ਕਦੀ ਕੁਛ ਕਰ ਵੀ ਕਿਸੇ ਤਰ੍ਹਾਂ ਪਹਿਲਾਂ ਇੱਕ ਦੋ ਵਾਰੀ ਉਲਟੀ ਆਉਣੀ ਤੀਜੀ ਵਾਰੀ ਥੋੜ੍ਹਾ ਜਿਹਾ ਅੰਦਰ ਕੁਛ ਖਲਾਉਣਾ ਛਦਾਈਆਂ ਵਾਂਗੂ ਤੁਰੇ ਫਿਰਨਾ ਜਿਹੜਾ ਆਉਂਦਾ ਉਹਨੂੰ ਗਾਲਾਂ ਕੱਢੀ ਜਾਣੀਆਂ ਕੋਈ ਪਤਾ ਨਹੀਂ ਬੱਚੇ ਕਿੱਥੇ ਆ ਵਾਈਫ ਕਿੱਥੇ ਆ ਫਾਦਰ ਕਿੱਥੇ ਕੋਈ ਮਤਲਬ ਨਹੀਂ ਸਿਰਫ ਇੱਕੋ ਚੀਜ਼ ਦਾ ਮਤਲਬ ਹੈ ਵੀ ਮੈਨੂੰ ਮੇਰਾ ਨਸ਼ਾ ਚਾਹੀਦਾ ਚਲੋ ਫਿਰ ਮੈਂ ਮਤਲਬ ਕਿ ਨਾ ਹਰਿਮੰਦਰ ਸਾਹਿਬ ਜਾਣਾ ਸ਼ੁਰੂ ਕਰਤਾ ਮੇਰੇ ਘਰ ਦੇ ਲਾਗੇ ਆ ਪਰ ਪਹਿਲਾਂ ਮੈਂ ਜਿਸ ਨਜ਼ਰੀਏ ਨਾਲ ਉੱਥੇ ਜਾਂਦਾ ਹੁੰਦਾ ਸਾਂ ਨਾ ਕਦੀ ਕਦਾਈ ਜਿਹੜਾ ਸਾਲ ਛਮਾਈ ਹੁਣ ਮੇਰਾ ਨਜ਼ਰੀਆ ਬਦਲ ਗਿਆ ਸੀ ਕਿਉਂਕਿ ਹੁਣ ਮੈਂ ਦੁਖੀ ਬਹੁਤ ਸਾਂ ਮੈਂ ਨਾ ਜਾ ਕੇ ਉੱਥੇ ਇੱਕੋ ਹੀ ਅਰਦਾਸ ਕਰਨੀ ਜਾਣਾ ਵੀ ਮੈਂ ਕਦੀ ਕੈਪਸੂਲ ਖਾ ਕੇ ਕਦੀ ਗੋਲੀਆਂ ਖਾ ਕੇ ਕਦੀ ਕੁਛ ਕਰਕੇ ਕੁਛ ਨਾ ਕੁਛ ਕਰਕੇ ਉਸ ਤੋਂ ਬਗੈਰ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਮੇਰਾ ਸਰੀਰ ਨਹੀਂ ਹੀ ਸੰਭਲਦਾ ਇੰਨਾ ਸਰੀਰ ਕੰਬਦਾ ਮੈਂ ਸਰਾਂ ਵਾਲੇ ਪਾਸੇ ਥੱਲੇ ਉਤਰਨਾ ਅਤੇ ਥੱਲੇ ਉੱਥੇ ਜਾ ਕੇ ਨਾ ਇੱਕੋ ਅਰਦਾਸ ਕਰਨੀ ਮਤਲਬ ਪਰਿਕਰਮਾ 'ਚ ਹਰਿਮੰਦਰ ਸਾਹਿਬ ਵੱਲ ਦੇਖ ਕੇ ਵੀ ਗੁਰੂ ਰਾਮਦਾਸ ਜਾਂ ਤਾਂ ਠੀਕ ਕਰ ਦੇ ਜਾਂ ਤਾਂ ਜਾਂ ਹੈ ਬਿਮਾਰੀ ਆ ਸਾਨੂੰ ਇਹਦਾ ਮਤਲਬ ਕਿ ਜਿਹੜਾ ਬੰਦਾ ਮਰਨ ਦੀ ਅਰਦਾਸ ਕਰਦਾ ਪਿਆ ਉਹ ਕਿੰਨਾ ਕੁ ਬਿਮਾਰ ਹੋਏਗਾ ਜਿਹਦਾ ਜੀਣ ਨੂੰ ਦਿਲ ਨਹੀਂ ਕਰਦਾ ਪਿਆ ਕਿੰਨਾ ਕੁ ਬਿਮਾਰ ਹੋਏਗਾ ਮੈਂ ਨਾ ਅਰਦਾਸ ਕਰਨੀ ਅਤੇ ਥੱਲੇ ਸਿਰ ਥੱਲੇ ਲਾ ਦੇਣਾ ਮੁੜ ਕੇ ਮੇਰੇ ਕੋਲ ਉੱਠਿਆ ਨਾ ਜਾਣਾ ਉਹ ਜਿਹੜੇ ਸੇਵਾਦਾਰ ਲੰਘਦੇ ਹੋਣੇ ਉਹਨਾਂ ਨੇ ਕਹਿਣਾ ਉਹ ਬਾਬਾ ਜੀ ਉਹ ਗਿਆਨੀ ਉੱਠੋ 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 ਉਹਨਾਂ ਫੜ ਕੇ ਮੈਨੂੰ ਸਾਈਡ 'ਤੇ ਕਰਨਾ ਮੇਰੇ ਸਾਰੇ ਅੱਥਰੂ ਹੋ ਗਏ ਹੋਣੇ ਮੇਰੇ ਕੋਲ ਬੋਲਿਆ ਵੀ ਨਹੀਂ ਜਾਂਦਾ ਪਰ ਇਹ ਫਿਰ ਮੈਂ ਹੌਲੀ 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 ਮਤਲਬ ਕਿ ਜਦੋਂ ਚਾਰੇ ਖਾਂਦੇ ਬੰਦਾ ਚੇਤ ਹੋ ਜਾਂਦਾ ਨਾ ਖਾਸ ਕਰਕੇ ਸਰੀਰਕ ਤੌਰ 'ਤੇ ਜੋ ਮੈਂ ਤਜਰਬਾ ਕੀਤਾ ਜਦੋਂ ਸਰੀਰਕ ਤੌਰ 'ਤੇ ਬੰਦਾ ਬਿਲਕੁਲ ਰਹਿ ਜਾਂਦਾ ਨਾ ਉਦੋਂ ਬੰਦਾ ਫਿਰ ਬਸ ਹੁੰਦੀ ਬੰਦੇ ਦੀ ਜਦ ਤੱਕ ਉਹਦਾ ਸਰੀਰ ਸਾਥ ਦੇਈ ਜਾਂਦਾ ਨਾ ਤਦ ਤੱਕ ਨਹੀਂ ਉਹ ਹਾਰ ਮੰਨਦਾ
चलो फिर मैं उत्थे जाना शुरू किया, हौली हौली अरदासां करनियां। उहदा मैनू एक फायदा हो गया भी मैनू आ जगह मिल गई। मैं घर तो घट भी ना घर तो घट भी अपने घर तो 5-6-10 किलोमीटर के एरिए दे विच कोई कैमिस्ट नहीं छड्डिया ते कोई डॉक्टर नहीं छड्डिया जिहदे को मैं ग्लूकोस ना लवाया होवे। मतलब कि सवेरे इलाज वास्ते जाना ते जाके उन्होंने कहना जी, उन्हें कहना ग्लूकोस आप ही मैं 1600 रुपया जमा कराना कैमिस्ट वाले नूं, उन्हें मैंने 2-3 बोतल दे देनियां। मैं जाके उन्होंने कहना आलो जी ग्लूकोस आ गया जी, दवाई आ गई जी। तो मैं कहना वधिया जिहा बैड दिओ जिथों मैं ठीक होवां। उन्हें कहना सारे बैड वेले ही आ, जिथे मर्जी बह जाए। मैं लंबे पै जाना, उन्होंने ग्लूकोस ला देना। ग्लूकोस लवाना बहुत औखा सी मैनूं। फिर मैं नर्स नूं कहना, मैं कहना कोई टीका टूका पा दो माड़ा जिहा, शरीर खलो जाए, घबराहट बड़ी हुंदी आ। उन्हें कहना डॉक्टर को पुछ के आउंदी आ। उन्हें फिर डॉक्टर को पुछ के आना, एक टीका पाउणा, उह एक टीके नाल की बनना। फिर माड़ा मोटा तरला कढ के खप पा के 1-2 टीके होर पवा लैने, ते शामी 4 बजे होश होनी। की होया जी? 3 बोतलां लग गईआं। चलो जी हुण ठीक हो गए हाँ, घर चलीए। तो जे डॉक्टर ने कहना इत्थे रहना पैना, बहुता औखा होवे बंदा फिर रहना ही पैंदा। फिर कोई गल नहीं, शामी अदिया इत्थे ही आ जाएगा, उधरों ग्लूकोस लगा होएगा, उधरों वधिया चलेगा, नाल नाल काम चलेगा। पर यह भी पता नहीं भी तुसी इलाज करवाउण आए जे, जिस चीज़ का इलाज करवाउण आए जे वो काम तुसी फिर करी जा रहे जे। इहनूं कहिंदे ब्रेन डिसऑर्डर। फिर हौली हौली मेरे घर जाने, मैं जदों ग्लूकोस लवाउणा ना ते घर जाना, घर जाके कहना करारी दी चीज़ बनाओ, करारी दी चीज़ बनाओ, काली मिर्चा पाओ, दूजियां मिर्चा पाओ, करारी दी चीज़ बनाओ। घर जाने नाल ही पता लग गया जिहड़ा करारी चीज़ मंगण डिया ना, इह काम खराब हो गया। हाँ जी, घर दाने हौली हौली समझ आ गई। चलो मुख की गल, फिर मैं इत्थे आ गया। पर जो मैं इत्थे आया सी ना, मैं तुहानूं दस नहीं सकता। पहला असीं गए सरकारी हस्पताल, उन्होंने मैनूं वेख के कहता, कहिंदा नहीं 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 लै जाओ इहनूं लै जाओ, ना ना ना। मेरी वाइफ नूं कहा सी भी ये लै जाओ बुढ़े नूं, जिन्नी मर्जी सेवा कर लो, इहनूं लै जाओ ते सेवा कर लो। उत्थे एक होर सी, उन्हें कहता भी तुसीं इस तरह करो, इन्हों नूं भाटिया साहब को लै जाओ। तो मेरी वाइफ कहती भाटिया साहब इतने नहीं आते, कहते आते पर घट आते, तुम उत्थे लै जाओ। इतने आया तो डॉक्टर हाथ ना पावे, मेरा बुरा हाल तो बौंका झाड़े, मेरा घबराहट हो ही जाए, दिल मेरा पैरों थले निकली जाए, मूँह चो सलाइविया डिगा जाए, सिर मेरा ऐ हिले बड़ा। मतलब कि हुण भी गया तो हुण भी गया। नर्स आई, उन्हें मैं चैक किया, मुड़के डॉक्टर साहब आए, एक चैक करके चले गए। कोई आया ना, मैं क्या वाइफ मेरी कहे कोई दवाई दियो, ये कहते ठहर जो करते हैं। 13 अप्रैल 2005 की गल है, विसाखी सी। उधर मैं 10-11 बजे आया हाँ, 10:30-11 बजे, शाम को 7 बजे दाखिल किया मैंने। गुरविंदर भाजी वो दिन मैं अज भी नहीं भुलता, जो मैं तुहानू मिलिया ना तो मैं उस दिन याद किया। मैं डॉक्टर साहब ने मिलया, मैं उस दिन ने याद किया। मैं जिन्हों मिलता मैं पहला कहना आ जसवीर सिंह ही बैठा ही, तो इन्हें हूँ सारिया जसवीर सिंह वाली गल् कर सारिया ही, तो 95% सारिया गल् मेरे वाली होंगे जो मेरे ना आया। मैं सुनी जाता, मैं कि कहना हूँ सुनी जाता। पर जिदन फिर मैं इतने मीटिंगा च बह के मैं समझ आई ना, पहला मैं भी इतने आया बूआ तड़ा के भजा, मैं कहा मैं नहीं इलाज करवाना। मैं शराब की कड़ी गल आ छड ली दी है, एड्डी कड़ी गल आ, सारी दुनिया पीन रही है, साडा सारा महकमा पींदा, जे बोधी गल तो ठेके बंद कराओ विकदी आ, तो जे तुसीं मैनूं छराउणी ठेके बंद कराओ। बड़ा मैं इत्थे खरू पाया, जिहड़ी मेरी जिहड़ी घेंट घेंट पुणा हुंदा ना, घेंट मैं घेंट आ, वह घेंट पुणा नहीं अंदरों निकलता। वो जिहड़ी तुसीं तुहानूं परमात्मा ने कात तों बाद दित्ता हुंदा ना, उहदा ही बंदा हंकार करी जांदा। मैं कहा जी मैं स्पोर्ट्स कोटे भर्ती होया, कोई गल ही नहीं, मैं इंग्लिश वधिया बोल लैंदा, फलाण आ ढींग आ वो आ वो आ। मैं वो कहिंदे महाराज तुसीं हैगे ते, पर हुण की जे, हुण दसो की जे, तुसीं 15 साल पहलां दी गल ना करो, हुण तुसीं की जे, हुण गल करो। मेरे वाली अंकल ना बड़े तू तू मैं आई, पर इत्थे बह बह के बह बह के बह बह के बह बह के
डेढ़ पौने दो साल मैं स्ट्रगल बहुत करनी पई, डेढ़ पौने दो साल बिचों ठूंगे बजते ही, बिचों ठूंगे बजते सी। एक बारी मैं ना गोलियां खा लिया, 6-7 गोलियां खादिया, तो मैं वाइफ ने कहा, मैं कहा जे तू जाके दसिया ना उत्थे भी इन्हें गोली गाली खाधी आ, तो दवाई भाड़ी दी तू ही खाई, मैं नहीं खानी, मैं भज जाना ही उत्थों। वाइफ कहती नहीं, चलो इत्थे आ गए। आ गए तो डॉक्टर साहब, शुक्रवार मीटिंग होंगी उदो डॉक्टर साहब को, डॉक्टर साहब कहते भाजी कुछ ठीक ठाक रहे जे। मैं कहा ना शराब पीती आ, ना भंग पीती आ, ना कोई चरस पीती आ, ना कैप्सूल खाधे आ, कुछ नहीं खाधा। डॉक्टर साहब कहते भाजी एक चीज़ रह गई जे। वो मैं क्या आहो वो गोली पई है, गोलियां पईयां सी ना स्ट्रेस वालियां, वो डै फादर दियां पईयां ही ते नेरे च खाधियां गईयां। डॉक्टर साहब कहते अच्छा। मैं कहा जी बत्ती गए, लाइट गए, बत्ती गई सी। कहते आहो बत्ती पाई जाती बड़ी। चलो मैं क्या डॉक्टर ने चढ़ाई बढ़ाता, घर दी नहीं तो चढ़ाई बढ़ाई दा रोज़, आज डॉक्टर ने भी बढ़ाता। चलो वाइफ मेरी बाहर आई, मैं बाहर आ, डॉक्टर साहब कहते भाजी बह जाए इतने। मेरी वाइफ आई, कहते भाजी तुम जाओ बाहर। कहते भाजी ताडे दे कहते के बच्चे आ, झूठ बोलना छड़ दो। मैं कहा ताडा भला जे डॉक्टर को कितना पता लग गया। मेरा रोन ही निकल गया, मैं रोन ही लग पाया उत्थे, बह ही गया मैं। मैं डॉक्टर साहब मेरे वास की गल नहीं है, मेरा दिल नहीं करता, पर मेरे को रहा नहीं जाता। उन्हें चर में मेरी वाइफ अंदर आ गई। डॉक्टर साहब ने मेरी वाइफ ने कहा भैन जी ये बंदा बहुत वधिया वा, इन्होंने ठीक हो जाना, इन्हां नाल प्यार ना डील करो, ये बंदा अपने आप च अपनी बीमारी तो बड़ा दुखी हैगा, इन्हें कोई माड़ी चंगी गल नहीं तुसीं कहनी, बस तुसीं एक काम करो इन्हां नूं दवाई खवाई जाओ, प्यार नाल रखो, तो शुक्रवार इन्हां नूं पहली कुर्सी दबा दिया करो, बाकी काम मेरा। मैनूं वो वर्डिंग सर दी चेते है जी। कहिंदे शुक्रवार इन्हां नूं पहली कुर्सी ते तुसीं नाल बह जाणा इन्हां दे, ते बाकी काम मेरा। ते मैं डीकन लग पिया वी मैं दवाई ते खाण डिया, बाकी डॉक्टर ने किहड़ा काम करना। एंड मैनूं डेढ़ पौने दो साल बाद पता लगा वी डॉक्टर ने ही करना। सिर्फ तो सिर्फ अपने आप नूं एक्सेप्ट करना हुंदा वी मैं पूरा बीमार हाँ, मैं पूरा बीमार हाँ, मेरी सेहत गई, मेरा पैसा गया, मेरी इज्जत, ये तो जिहदे नाल बीतदी उहनूं पता लगता जी। मैं तुहानूं दसां कित्थे बंदा हीरो हुंदा ते कित्थे जीरो तों वी थल्ले चल जांदा, कित्थे बंदा अपने आप नूं बड़ा तां समझदा हुंदा वी मैं बड़ी तां दी चीज़ हाँ, कित्थे ओह ड्यूटी की गल करता हूँ तो कितने पुलिस वाला चपेड़ा मारदा, चल चल अपना काम कर जाके, चल चल। तुम दसो बंदा कितना दुखी होगा जिस बंदे ने लोग मरे तो भी नहीं सरते हो, कहने बीमारी थोड़ी है, अही कहने बीमारी थोड़ी है, मैनू मरे तो लोग नहीं सरते होंगे। मेरी वाइफ ने कहते कुड़िया कल आ जी इन्हें ना लैके आई, दसो तुम। पर इत्थे बह बह के मेरे दिमाग च उस चीज़ ने घर किया भी तू पूरा बीमार है अपने आप नूं। बड़ा चिर मैनूं इहो लगा रहा मैं नहीं इन्ना हैगा, इन्ना नहीं मैं हैगा, आ जिहड़ा ऐ सी ना भी मैं इन्ना नहीं हैगा, इन्हें मैनूं गल कुछ सिखण नहीं दित्ती। जदों फिर मैं एक्सैप्ट किया ना वाकया ही मैं पूरा ही बीमार हाँ। जे इत्थे चिट्टे वाला आंदा उहदा भी चार चीज़ां दा नुकसान है, सेहत दा, पैसे दा, इज्जत दा, ते रिश्तियां वाले दा। जे कोई फीम वाला आंदा वा तो उहदा भी चौं चीज़ां दा नुकसान है, तो जे कोई शराब वाला आंदा उहदा भी चौं चीज़ां दा नुकसान है, तो फर्क की होया किरमते भाई, की फर्क होया है? जदों तोड़ वजदी आ तो बंदा नशे बारे किन्ने तरले लैंदा उदों अपने नाल गल करिया करो तू किन्ना बीमार है। एक पासे पऊगा उतरा बंदा कहता मेरा जी फलान, मेरा ढींग, मेरे बच्चे, मेरी वाइफ, मेरे पेरेंट्स, मेरा आ, मेरे ताए चाचे, मेरा खानदान, मेरा खानदान, मेरा खानदान वेखो, तो एक पासे पऊगा तो एक पासे सारा खानदान, एक पासे पऊगा तो एक पासे सारी यूनिवर्स, सारी दुनिया एक पासे। तो जे बंदा अजे भी कहे मैं घट हैगा तो फिर किन्ना दिमाग च किन्ना उथल पुथल होई है।
देख लो साढ़े सारे ना होइए चीज़ आप कोई भी इतों नहीं मुकर सकते जो मैं बोलता पाया कोई भी नहीं इतों मुकर सकता बस इतों मुकरो ना इनू मान लो मेरी शुरुआत उदों हुई जिदन मैं मान लिया बस हालांकि डॉक्टर मैं जवाब दिता ही मेरी वाइफ ने जवाब दिता भैन जी लै जाओ ये नहीं बचना डॉक्टर साहब कभी अंदर जान कभी बाहर जान कभी कई कहने इस तरह करो तुम फिर आ जाओ इनू ना कैंप च पा देंगे उदो कैंप लगता हूँ ही डॉक्टर साहब कहते कैंप च पा देंगे इतने कैंप लगना वा दस का दिन तक उदों आ जाओ इन्हों कैंप च पा देंगे मैं गया ये कैंप चो पैन तो पहला तो होर कि पै जाना मैं मैं 1% उम्मीद नहीं ही मैं बचूंगा तुम नशा छड़न की गल करते ना मैं 1% उम्मीद नहीं ही मैं बचूंगा सारे रिश्तेदार मैं मिल के चले गए सारे समझा के चले गए सारे लानता पा के चले गए सारा कुछ करके चले गए मैनू खुद नहीं सी उम्मीद मैं बचूंगा कोई चीज़ मेरे अंदर टिकती नहीं मेरे को खलोता नहीं ही जाता मैं घबराहट ही इन्नी होंगी मतलब कि मैं तो मेरे को मैं 20 साल हो गए इतने बोलते हैं पर मैं वो पेन में अजे तक डिस्क्राइब नहीं कर सकिया बंदा कितना औखा होता पर ये आ भी फिर हौली हौली दिमाग खुलिया मेरा हौली हौली दिमाग खुलिया हौली हौली दिमाग खुलिया हौली हौली गल्लां अंदर गई पर फिर मैं एक गल अपने मन च कही जान दे हुण तेरे बस की गल नहीं तू घेंट नहीं हैगा ठीक है तू कॉलेज के टाइम तो खालसा कॉलेज तू आह करता रहा तू गोलियां चला जो भी तू करता रहा ठीक है बस छड़ दे उन्हूं हुण वेख तू की आ तेरे बच्चे आ तेरी वाइफ है तेरी अपनी जिंदगी आ तेरा पेरेंट्स है तेरे देख तू की करता पाया हुण तू छड़ पुरानियां गल्लां हुण वो जमाना नहीं रहा हुण तू कॉलजिएट नहीं हैगा हुण तू गृहस्थी वाला हैगा आ जा थले हुण थले आ जा तू वो नहीं हैगा जो तू अपने आप नूं समझदा रहा ठीक है तू किसी वेले होएगा पर हुण तू वो नहीं हैगा हुण वेख ला अपनी हाल फिर शुक्रवार मीटिंग होनी मैं शुक्रवार मीटिंग ते आ जाना फिर मैं घर घर मेरे को खलोता ना जाना वाइफ मेरी कहती जी ये ड्यूटी ते जान के डॉक्टर साहब कहते ड्यूटी ते जान जोगा नहीं हैगा अजे कहें कहते साढ़े घर ते खर्च नहीं हैगा साडा रोटी पानी कित्थों चलना इहो कमाउण वाले आ डॉक्टर साहब कहते भैन जी कोई गल नहीं सारी उम्र ही कमाउणा इन्हां ने शायद डॉक्टर साहब ने किहड़े बचन निकले कहते भैन जी बंदा ठीक हो गया सब कुछ ठीक हो जाना एड्डी कड़ी गल कोई गल नहीं थोड़ा चिर औखा सौखा कर लो कुछ सर ने मदद की चलो तुरिया काम फिर मैं 2.5 महीने छुट्टी करके विदाउट पे फिर मैं घर रहा फिर डॉक्टर साहब कहते तुम इतने आ जा करो फिर मैं इतने आना शुरू किया फिर इतने मैं कापी पेन ला के बह जाना क्योंकि मेरी याददाश्त बहुत कमजोर सी किसी ने बोलना मैं फिर भुल जाना फिर मैं कापी पेन लैके लिखना फिर मैं उ अपना होमवर्क घर लै जाना फिर मैं काम ही यो किया इतों घर उस टाइम पर सुल्तानवेन रोड तो ऐ भाटिया हॉस्पिटल के सुल्तानवेन तो बस स्टैंड 2 रुपये तो बस स्टैंड तो भाटिया हस्पताल 3 रुपये 5 रुपये आन तो 5 रुपये जान बस 10-15 रुपये लैके मैं घरों निकलना ऐ बस नहीं ऐ दिन इन्हों दिन की बदौलत है अज मैं जो हाँ जो परमात्मा ने दिता वो स्ट्रगल करके दिता पर यह आ मैं औखे दिन बहुत वेखे आडिया जेबा भरिया हो नोटा ना भी तुम किंग होवो मंडी के तो मुड़के तू मंडी चो पऊआ मंगना पवे तू ट्राली वाले ड्राइवर को कहना पवे यार मंगा लिया दे पऊआ मेरा वीर लिया दे तन को बोली तो ना खिलान दे कितने ताड़ी चढ़त हो पूरी कितने तुम कह सरदार जी परे जाओ और परे हो और जब वह कप आन डाया इन पूगा लिया दो उतों और रात की बची पई होनी दो इन एवं बोलन डाया इतना ये तो मैं पुछो की दिल तो बीतती है पर यह आ भी वो सारी चीज़ तो मैं सीखा जो होया वधिया होया जो होया वधिया होया मैं अज मैं किसी चीज़ पर कोई करस नहीं है कोई गला छुपा नहीं है बस मैं बीमार सा मैं इलाज कराया मैं ठीक हाँ बस वो दरम्यान मेरा बहु इन्ना कुछ होया मैं तुम दस ही नहीं सकता मैं तो दस ही नहीं सकता अजे तक 1987 मेरा विआह होया 1987 मेरा विआह होया तो 2009 मैं अपनी घर दी नूं वेख्या समझते पे तुम
1987 च मेरा विआह होया 17 नवंबर नू सगन ते 18 नवंबर नू विआह मंगलवार सगन ते बुधवार विआह 5 च मैं इत्थे आया 3-4 साल इलाज कराउण तों बाद मैनू महसूस होया वी शी इज़ माई वाइफ जदों मेरा दिमाग खुल्लिया मैं उहनू सैप्ट ही नहीं कदी कीता ਉਹ ਮੈਂ ਕਿਹਾ ਅਸੀਂ ਐਡੇ ਘੈਂਟ ਬੰਦੇ ਇਹ ਕੀ ਬਾਂਦਰੀ ਜੀ ਟੱਕਰੀ ਮੈਨੂੰ ਨਾ ਇਹਨੂੰ ਅਕਲ ਨਾ ਮੌਤ ਅਸੀਂ ਘੈਂਟ ਕਾਲਜੀਏਟ ਫਲਾਣ ਹੈ ਇਹ ਕਿੱਥੋਂ ਟੱਕਰ ਗਈ ਮੈਨੂੰ ਮੇਰਾ ਤਾਂ ਲੈਵਲ ਹੀ ਬੜਾ ਤਾਂ ਅਸੀਂ ਆਹ ਕੀ ਆ ਇਹੋ ਜਿਹੀਆਂ ਤਾਂ 20-20 ਰੱਖੀਆਂ ਆਪਾਂ ਇਹ ਕੀ ਆ ਇਹ ਤੋਂ ਵਧੀਆ ਰੱਖੀਆਂ ਅਤੇ ਹੁਣ ਵੀ ਰੱਖ ਸਕਦੇ ਹਾਂ ਤੁਹਾਡੀ ਜੇਬ 'ਚ ਪੈਸੇ ਅਤੇ ਸਰੀਰ 'ਚ ਜਾਣ ਜੇਬ 'ਚ ਪੈਸੇ ਅਤੇ ਸਰੀਰ 'ਚ ਜਾਣ ਸਾਰੇ ਯਾਰ ਨੂੰ ਮੁੱਲੇ ਅਤੇ ਸਾਰੀਆਂ ਯਾਰ ਨੂੰ ਮੁੱਲੀਆਂ ਜਿੱਦਣ ਤੁਹਾਡੀ ਜੇਬ 'ਚ ਪੈਸੇ ਮੁੱਕੇ ਨਾ ਅਤੇ ਸਰੀਰ ਤੁਹਾਡਾ ਢਿੱਲਾ ਪਿਆ ਢੂਈ 'ਤੇ ਵੱਜਦੀ ਲੱਤ ਦਫਾ ਜਾ ਇੱਥੋਂ ਜਿਹਨਾਂ ਤੁਹਾਨੂੰ ਬੜਾ ਮਾਣ ਤਾਂ ਹੁੰਦਾ ਨਾ ਬੜਾ ਹੁੰਦਾ ਵੀ ਇਹ ਮੇਰੀ ਮੇਰਾ ਮਤਲਬ ਕਿ ਭਰਾ ਹੀ ਹੈਗਾ ਇਹ ਮੇਰਾ ਮੈਨੂੰ ਕਦੀ ਛੱਡ ਹੀ ਨਹੀਂ ਸਕਦੀ ਤੋਬਾ ਰਾਮ ਦੀ ਜੋ ਹਾਲ ਹੁੰਦਾ ਅਤੇ ਭੋਂ ਕੇ ਖੋਤੀ ਮੈਂ ਠੇਠ ਪੰਜਾਬੀ ਬੋਲਦਾ ਪਿਆ ਕਿਉਂ ਰਣਜੀ ਭੋ ਕੇ ਖੋਤੀ ਬੇਟੇ ਬੈਠ ਜਾਓ ਕਿਉਂਕਿ ਤੁਹਾਨੂੰ ਝੱਲਣਾ ਨਹੀਂ ਕਿਸੇ ਨੇ ਮੈਂ ਤੁਹਾਨੂੰ ਇੰਨੀ ਗੱਲ ਦੱਸਦਾ ਕਿਸੇ ਨੇ ਨਹੀਂ ਝੱਲਣਾ ਤੁਸੀਂ ਹਿਸਾਬ ਲਾਓ ਉਹ ਮੇਰੀ ਮੇਰੀ ਮੈਰਿਡ ਲਾਈਫ ਕਿਹੋ ਜਿਹੀ ਹੋਊਗੀ ਵੀ ਮੈਂ ਆਪਣੀ ਵਾਈਫ ਨੂੰ ਅਸੈਪਟ ਹੀ ਨਹੀਂ ਕੀਤਾ ਉਹਦੇ ਦਰਮਿਆਨ 2 ਬੱਚੇ ਵੀ ਹੋਏ ਜੇ ਵੇਖੋ ਕਿਹੋ ਜਿਹੀ ਲਾਈਫ ਹੋਏਗੀ ਮੇਰੀ ਲਾਈਫ ਕਿਹੋ ਜਿਹੀ ਹੋਏਗੀ ਤੁਸੀਂ ਇਹ ਦੱਸੋ ਕਿੰਨਾ ਦਿਮਾਗ ਮੇਰਾ ਬਿਮਾਰ ਹੋਏਗਾ ਪਰ ਅਸਲੀ ਮੇਰੀਆਂ ਅੱਖਾਂ ਉਦੋਂ ਖੁੱਲੀਆਂ ਜਦੋਂ ਇਹ ਬਿਮਾਰੀ ਮੇਰੇ ਬੇਟੇ 'ਚ ਆਈ ਬਿਹੇਵੀਅਰ 'ਚ ਫਿਰ ਮੈਨੂੰ ਪਤਾ ਲੱਗਾ ਹੁਣ ਦੱਸ ਪੁੱਤ ਕੀ ਭਾਅ ਵੇਖਦੀ ਆ ਹੁਣ ਦੱਸ ਹੁਣ ਦੱਸ ਕੱਢ ਇਹਦੀ ਮਾਂ ਨੂੰ ਗਾਲ ਕੱਢ ਹੁਣ ਵੇ ਤੇਰੀ ਧੌਣ 'ਚ ਵੱਜਦੀ ਕਿ ਨਹੀਂ ਕਰ ਗੱਲ ਹੁਣ ਦੱਸ ਫਿਰ ਬੰਦੇ ਨੂੰ ਅਸਲੀਅਤ ਦਾ ਪਤਾ ਲੱਗਦਾ ਮੈਂ ਬੜੀਆਂ ਨਹੀਂ ਸ਼ਿਕਾਇਤਾਂ ਲਾਉਣੀਆਂ ਕਦੀ ਆਪਣੀ ਵਾਈਫ ਦੀਆਂ ਸ਼ਿਕਾਇਤਾਂ ਕਦੀ ਮੁੰਡੇ ਦੀਆਂ ਸ਼ਿਕਾਇਤਾਂ ਕਦੀ ਕੁੜੀ ਦੀਆਂ ਸ਼ਿਕਾਇਤਾਂ ਹਰ ਵਾਰੀ ਮੈਨੂੰ ਇੱਕੋ ਸੁਣਨ ਨੂੰ ਮਿਲਣਾ ਭਾਅ ਜੀ ਆਪਣੇ 'ਤੇ ਕੰਮ ਕਰੋ ਜੇ ਮੈਂ ਆਪਣੀ ਵਾਈਫ ਦੀ ਸ਼ਿਕਾਇਤ ਲਾਉਣੀ ਤਾਂ ਡਾਕਟਰ ਸਾਹਿਬ ਨੇ ਕਹਿਣਾ ਭਾਅ ਜੀ ਚਲੋ ਠੀਕ ਹੈ ਘਰਾਂ ਵਰਗੇ ਘਰ ਹੁੰਦੇ ਆ ਚਲੋ ਤੁਸੀਂ ਆਪਣੇ ਆਪ 'ਤੇ ਕੰਮ ਕਰੋ ਜੇ ਮੈਂ ਆਪਣੇ ਫਾਦਰ ਬਾਰੇ ਕੋਈ ਰਿਜੈਂਟਮੈਂਟ ਕਹਿਣੀ ਡਾਕਟਰ ਸਾਹਿਬ ਨੇ ਕਹਿਣਾ ਭਾਅ ਜੀ ਛੱਡੋ ਗੱਲ ਗਈ ਹੁਣ ਆਪਣੀ ਜ਼ਿੰਦਗੀ ਵੇਖੋ ਬਜ਼ੁਰਗ ਗਏ ਜਾਣ ਦਿਓ ਉਹਨਾਂ ਨੂੰ ਹੁਣ ਤੁਸੀਂ ਅਗਲੀ ਲਾਈਫ ਦੇਖੋ ਆਪਣੀ ਲਾਈਫ ਦੇਖੋ ਆਪਣੇ ਬੱਚਿਆਂ ਦੀ ਦੇਖੋ ਜੇ ਮੈਂ ਮੁੰਡੇ ਦੀ ਸ਼ਿਕਾਇਤ ਲਾਉਣੀ ਡਾਕਟਰ ਸਾਹਿਬ ਨੇ ਕਹਿਣਾ ਭਾਅ ਜੀ ਬੱਚੇ ਹੁੰਦੇ ਇਸ ਤਰ੍ਹਾਂ ਦੇ ਆਪਣੇ ਆਪ 'ਤੇ ਕੰਮ ਕਰੋ ਜੇ ਮੈਂ ਕੁੜੀ ਦੀ ਮੈਨੂੰ ਸੀ ਵੀ ਚਲੋ ਰਿਟਾਇਰਮੈਂਟ ਤੋਂ ਪਹਿਲਾਂ ਬੱਚੇ ਵਿਆਹ ਜਾਣ ਘੱਟ ਤੋਂ ਘੱਟ ਕੁੜੀ ਦਾ ਵਿਆਹ ਹੋ ਜੇ ਚਲੋ ਮੈਂ ਥੋੜ੍ਹਾ ਜਿਹਾ ਭਾਰ ਲਾ ਜੇ ਹੁਣ ਬੱਚੇ ਪੜ੍ਹੇ ਲਿਖੇ ਆ ਉਹ ਆਪਣੀਆਂ ਡਿਗਰੀਆਂ ਕੀਤੀਆਂ ਉਹ ਕਹਿੰਦੇ ਆਪਾਂ ਵਿਆਹ ਨਹੀਂ ਕਰਾਉਣਾ ਮੈਂ ਫਿਰ ਸਰ ਕੋਲ ਆ ਕਰਾਉਣਾ ਸਰ ਕੁੜੀ ਦੀ ਅੱਖ ਲੱਗਦੀ ਉਹਨੇ ਹੁਣ ਐਮਟੈਕ ਕਰ ਲਈ ਆ ਉਹਨੂੰ ਹੁਣ ਜੋਬ ਵੀ ਲੱਗ ਗਈ ਆ ਹੁਣ ਉਹ ਵਿਆਹ ਕਰਾ ਲਏ ਡਾਕਟਰ ਸਾਹਿਬ ਕਹਿਣਾ ਭਾਅ ਜੀ ਆਪਣੇ ਆਪ 'ਤੇ ਕੰਮ ਕਰੋ 4 ਸਾਲ ਲੱਗੇ ਮੈਨੂੰ 4 ਸਾਲ ਲੱਗ ਗਏ ਮੈਨੂੰ ਇਹ ਗੱਲ ਸਮਝਦੇ ਹਾਂ ਵੀ ਆਪਣੇ ਆਪ 'ਤੇ ਕੰਮ ਕਰਨਾ ਕੀ ਹੁੰਦਾ ਪਰ ਜਦੋਂ ਆਪਣੇ ਆਪ 'ਤੇ ਕੰਮ ਕਰਕੇ ਮੈਨੂੰ ਰਿਲੈਕਸ ਫੀਲ ਹੋਇਆ ਨਾ ਉਹ ਮੈਂ ਕਿਹਾ ਸਭ ਤੋਂ ਸੌਖਾ ਕੰਮ ਨਹੀਂ ਕਰ ਸਕਿਆ ਤੂੰ ਸਾਰੀ ਉਮਰ ਲੋਕਾਂ ਨੂੰ ਸੁਧਾਰਦਾ ਰਿਹਾ ਉਹ ਮਾੜਾ ਉਹਨੇ ਆ ਕਰਤਾ ਉਹਦੇ ਕੋ ਆ ਮੇਰੇ ਕੋ ਘੱਟ ਆ ਮੇਰੇ ਕੋ ਉਹ ਤੇਰੇ ਕੋ ਜੋ ਹੈਗਾ ਸਾਂਭ ਲਾ ਮਤਲਬ ਕੀ ਮੈਂ 37 ਸਾਲ ਨੌਕਰੀ ਕੀਤੀ ਰੇਲਵੇ ਦੇ ਵਿੱਚ ਅਤੇ ਅਖੀਰਲੇ 15 ਸਾਲ ਨੌਕਰੀ ਦਾ ਸਵਾਦ ਆਇਆ ਹਿਸਾਬ ਲਓ 22 ਸਾਲ ਲੜਾਈਆਂ ਹੀ ਕਰਦੇ ਰਹੇ ਕਦੀ ਕਿਸੇ ਨੂੰ ਲੜਾਈ ਕਦੀ ਯੂਨੀਅਨ ਬਾਈ ਕਦੀ ਕੁਛ ਉਹਨੂੰ ਆਹ ਕਰਾ ਦੇ ਆਹ ਕਰਦੇ ਯਾਨੀ ਖੱਜਲ ਖਰਾਬੀ ਰਹੀ ਪਰ ਜਦੋਂ ਇੱਥੋਂ ਦਾਜ ਕਰਾਇਆ ਦਿਮਾਗ ਥੋੜ੍ਹਾ ਜਿਹਾ ਸਟੇਬਲ ਹੋਇਆ ਅਤੇ ਫਿਰ ਜ਼ਿੰਦਗੀ ਵਧੀਆ ਆਈ ਜਿਹੜੀ ਅਜੇ ਤੱਕ ਵਧੀਆ ਚੱਲਦੀ ਰੋਜ਼ ਸਿੱਖਦੇ ਆਪਾਂ ਪਰ ਇੱਕੋ ਚੀਜ਼ ਹੈ ਵੀ ਫੈਮਿਲੀ ਸਾਥ ਦੇਵੇ ਮੈਂ ਕਦੀ ਨਹੀਂ ਇਲਾਜ ਕਰਾਉਣਾ ਚਾਹੁੰਦਾ ਮੈਂ ਇੱਥੋਂ ਭੱਜੂ ਭੱਜੂ ਕਰਦਾ ਹਾਂ ਪਰ ਮੇਰੀ ਵਾਈਫ ਕਹਿੰਦੀ ਡਾਕਟਰ ਸਾਹਿਬ ਕਹਿੰਦੇ ਭੈਣ ਜੀ ਲੈ ਜਾਓ ਇਹ ਬੰਦੇ 'ਚ ਕੁਛ ਨਹੀਂ ਹੈਗਾ ਮੈਂ ਹੀ ਗਾਂ ਕੈਂਪ ਸ਼ੁਰੂ ਕਰਨਾ ਤੁਸੀਂ ਕੈਂਪ 'ਚ ਆ ਜਾਓ ਉਹ ਕਹਿੰਦੇ ਕੈਂਪ 'ਤੇ ਜੇ 10 ਦਿਨਾਂ ਨੂੰ ਆ ਇਹ ਬੰਦੇ ਨੇ ਤਾਂ ਇੱਕ ਮਿੰਟ ਨਹੀਂ ਕੱਢਣਾ ਕਹਿੰਦੇ ਜੀ ਮੇਰੇ ਕੋਲ ਗਰੰਟੀ ਕੋਈ ਨਹੀਂ ਜੇ ਇਹਨੇ ਬਚਣਾ ਮੁਸ਼ਕਲ ਹੀ ਆ ਕੋਈ ਚਾਂਸ
ਕਹਿੰਦਾ ਜੋ ਹੋਊਗਾ ਕੋਈ ਗੱਲ ਨਹੀਂ, ਜੇ ਮੰਨ ਲਓ ਇਹਨੂੰ ਕੁਛ ਹੋ ਜਾਊਗਾ ਨਾ ਤੇ ਆਪਾਂ ਬਾਹਰ ਲੋਕਾਂ ਨੂੰ ਕਹਿ ਦਾਂਗੇ ਆਪਾਂ ਪਹਾੜੀਆ ਹਸਪਤਾਲ ਖੜਿਆ ਸੀ, ਨਰਸ ਨੇ ਟੀਕਾ ਗਲਤ ਲਾ ਦਿੱਤਾ। ਚਲੋ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਸਾਡਾ ਬੰਦਾ ਬਹੁਤ ਵਧੀਆ ਸੀ, ਉਹ ਬਿਮਾਰ ਨਹੀਂ ਸੀ, ਨਰਸ ਕੋਲ ਟੀਕਾ ਗਲਤ ਲੱਗ ਗਿਆ। ਚਲੋ ਕੋਈ ਗੱਲ ਨਹੀਂ, ਪਰ ਇਹ ਆ ਵੀ ਇਸ ਕੁਰਸੀ ਨੇ ਬਚਾ ਦਿੱਤਾ ਮੈਨੂੰ, ਜਿਹੜੀ ਅਜੇ ਤੱਕ ਪਹੁੰਚਾਉਣ ਡਈ ਹੈ, ਜਿਹੜੀ ਅਜੇ ਤੱਕ ਪਹੁੰਚਾਉਣ ਡਈ ਜੇ। ਅਜੇ ਵੀ ਬੜੇ ਬੜਾ ਕੁਛ ਹੁੰਦਾ ਜ਼ਿੰਦਗੀ 'ਚ, ਬਹੁਤ ਕੁਛ ਹੁੰਦਾ ਜ਼ਿੰਦਗੀ 'ਚ, ਪਰ ਇਹ ਆ ਵੀ ਆਪਾਂ ਕਦੀ ਵੀ ਛੁਪਾਇਆ ਨਹੀਂ, ਕਦੀ ਵੀ ਅੰਦਰ ਨਹੀਂ ਗੱਲ ਰੱਖੀ। ਉਸੇ ਟਾਈਮ ਆ ਕੇ ਸਰ ਨੂੰ ਸੱਚੀ ਸੱਚੀ ਗੱਲ ਸ਼ੇਅਰ ਕਰ ਦਿੱਤੀ, ਭਾਵੇਂ ਜਿੰਨੀ ਮਰਜ਼ੀ ਜਿਹੋ ਜਿਹੀ ਮਰਜ਼ੀ ਹੋਵੇ, ਜਿਹੋ ਜਿਹੀ ਮਰਜ਼ੀ ਸਾਡੇ ਅੰਦਰ ਗੱਲ ਹੋਵੇ ਨਾ, ਮੈਂ ਸਰ ਨੂੰ ਸਰ ਆਹ ਹੈਗਾ ਜੀ, ਬਸ ਦੱਸੋ ਮੈਂ ਕੀ ਕਰਾਂ, ਮੇਰੇ ਵਾਸਤੇ ਗੱਲ ਨਹੀਂ ਜੀ ਹੈਗੀ, ਦੱਸੋ ਮੈਂ ਕੀ ਕਰਾਂ, ਸੱਚੀ ਸੱਚੀ ਗੱਲ ਕਹਿ ਦੇਣੀ ਆ, ਖਰੀ ਖਰੀ ਸੱਚੀ ਸੱਚੀ ਗੱਲ ਕਹਿ ਦੇਣੀ ਆ, ਬਸ ਅੰਦਰ ਨਹੀਂ ਕੁਛ ਰੱਖਣਾ, ਅੰਦਰ ਲੜਾਈ ਨਹੀਂ ਕਰਨੀ, ਕਿਉਂਕਿ ਮੈਨੂੰ ਪਤਾ ਮੇਰੇ ਕੋਲ ਲੜਾਈ ਕਰਨ ਦੀ ਕਪੈਸਿਟੀ ਹੈ ਨਹੀਂ। ਜੇ ਇੱਧਰ ਮੈਂ ਲੜਾਈ ਸ਼ੁਰੂ ਅੰਦਰ ਕਰਤੀ ਨਾ, ਉੱਧਰ ਬਸ ਗਏ ਤੁਸੀਂ, ਇੱਕ ਕਿਸੇ ਵੱਲ ਵੇਖਣਾ ਨਹੀਂ, ਇੱਕ ਕਿਸੇ ਦੀ ਗੱਲ ਨਹੀਂ ਕਰਨੀ, ਫੋਕਸ ਆਪਣੇ 'ਤੇ ਰੱਖਣਾ, ਬਸ ਕਿਸੇ ਦੀ ਨੀਵੀਂ ਕੀ ਗੱਲ ਨਹੀਂ ਕਰਨੀ, ਕਿਸੇ ਦੀ ਨੈਗਟਿਵ ਨਹੀਂ ਗੱਲ ਕਰਦੀ, ਕਿਹਦਾ ਰਿਲੈਪਸ ਹੋਇਆ ਕਿਹਦਾ ਨਹੀਂ ਹੋਇਆ, ਕਿਹਨੇ ਕੀਤਾ, ਕਿਹੜਾ ਜੰਮਿਆ ਕਿਹੜਾ ਮਰਿਆ, ਕੋਈ ਮਤਲਬ ਨਹੀਂ। ਬਸ ਇੰਨੀ ਐਨਰਜੀ ਨਹੀਂ ਗਈ ਮੇਰੇ ਕੋਲ ਨਾ। ਮੈਨੂੰ ਬੜੀ ਵਾਰੀ ਪੁੱਛਦੇ ਆ, ਭਾਈ ਤੁਹਾਡਾ ਕੀ ਹਾਲ ਆ, ਮੈਂ ਕਿਹਾ ਠੀਕ ਹੈ। ਮੈਡਮ ਦਾ ਕੀ ਹਾਲ ਆ, ਮੈਂ ਕਿਹਾ ਠੀਕ ਹੈ। ਬੇਟੇ ਦਾ ਕੀ ਹਾਲ ਆ, ਉਹ ਮੈਂ ਕਿਹਾ ਠੀਕ ਹੈ ਸਭ ਕੁਛ। ਉਹ ਕਹਿੰਦੇ ਕੀ ਮਤਲਬ, ਮੈਂ ਕਿਹਾ ਮੈਂ ਠੀਕ ਤੇ, ਕਿਉਂ ਰਵਿੰਦਰ ਭਾਜੀ, ਮੈਂ ਕਿਹਾ ਮੈਂ ਠੀਕ ਤੇ ਸਾਰੇ ਠੀਕ, ਜਿੱਧਰ ਪੰਗਾ ਪਾਉਣਾ ਮੈਂ ਹੀ ਪਾਉਣਾ ਵਾ, ਮੈਨੂੰ ਪਤਾ ਵਾ, ਮੈਨੂੰ ਪਤਾ ਵਾ, ਅੱਗੇ ਮੇਰੇ ਘਰ 'ਚ ਜਿੰਨੇ ਪੰਗੇ ਪਏ 99% ਮੈਂ ਹੀ ਪਾਏ ਆ। ਜੇ ਮੇਰੇ ਘਰਦਿਆਂ ਦੀ ਬੇਇੱਜ਼ਤੀ ਹੋਈ ਤਾਂ ਮੈਂ ਹੀ ਕਰਾਈ ਆ, ਜੇ ਕਰਜ਼ੇ ਥੱਲੇ ਡੁੱਬੇ ਆ ਤਾਂ ਮੈਂ ਹੀ ਕਰਾਇਆ ਵਾ, ਜੇ ਮਾਰ ਕੁਟਾਈਆਂ ਹੋਈਆਂ ਥਾਣੇ ਵੇਖੇ ਆ ਤਾਂ ਮੈਂ ਹੀ ਕੀਤੇ ਆ, ਹੋਰ ਤਾਂ ਕਿਸੇ ਨੇ ਕੀਤੇ ਨਹੀਂ ਕੁਛ। ਜੇ ਸਾਡੀ ਰਿਸ਼ਤੇਦਾਰਾਂ 'ਚ ਬੇਇੱਜ਼ਤੀ ਹੋਈ ਆ ਮੈਂ ਹੀ ਕਰਾਈ ਆ, ਮੈਨੂੰ ਪਤਾ ਵਾ ਮੈਂ ਬਿਮਾਰ ਹੈਗਾ, ਮੈਨੂੰ ਪਤਾ ਮੈਨੂੰ ਇਲਾਜ ਦੀ ਲੋੜ ਆ, ਇਸੇ ਕਰਕੇ ਮੈਂ ਰੋਜ਼ ਆ ਜਾਂਦਾ। ਵੇਖਣ ਨੂੰ ਇਹ ਲੱਗਦਾ ਵੀ ਇਹ ਸਮਝਾਉਣ ਆਉਂਦਾ, ਇਹ ਗੱਲ ਕਰਨ, ਇਹ ਗੱਲ ਹੈਗੀ ਨਹੀਂ। ਮੈਨੂੰ ਪਤਾ ਮੈਨੂੰ ਤੁਹਾਡੀ ਕਿੰਨੀ ਲੋੜ ਹੈਗੀ ਆ, ਬਿਮਾਰੀ ਮੇਰੇ ਅੰਦਰ ਬੈਠੀ ਆ, ਬਿਮਾਰੀ ਮੇਰੇ ਅੰਦਰ ਬੈਠੀ ਆ, ਉਹਨੇ ਵਸਾਹ ਕੇ ਮਾਰਨਾ ਮੈਨੂੰ, ਪਰ ਮੈਂ ਹੁਣ ਉਹ ਲਾਈਫ 'ਚ ਜਾਣਾ ਨਹੀਂ ਚਾਹੁੰਦਾ, ਮੈਂ ਨਹੀਂ ਉਹ ਜਾਣਾ ਚਾਹੁੰਦਾ। ਹੁਣ ਪਰਮਾਤਮਾ ਨੇ ਮੇਰੀ ਮਾੜੀ ਦੀ ਇੱਜ਼ਤ ਬਣਾਈ ਆ, ਮੇਰੇ ਬੱਚਿਆਂ ਦੀ ਇੱਜ਼ਤ ਬਣੀ ਹੋਈ ਆ, ਉਹ ਵਿਚਾਰੇ ਕਿਤੇ ਵਿਆਹ 'ਤੇ ਜਾਈਦਾ ਸਾਰੇ ਟੌਰ ਨਾਲ ਬਹਿੰਦੇ ਆ। 12 ਸਾਲ ਮੇਰੀ ਵਾਈਫ ਨੇ ਕੋਈ ਵਿਆਹ ਚੱਜਣਾ ਨਹੀਂ ਵੇਖਿਆ, ਮੈਂ ਮੇਰੇ ਬੱਚਿਆਂ ਨੇ ਅਤੇ ਮੈਂ ਕੋਈ ਵਿਆਹ ਚੱਜਣਾ ਨਹੀਂ ਵੇਖਿਆ। ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵਿਆਹਾਂ 'ਤੇ ਕੀ ਹਾਲ ਹੁੰਦੇ ਆ, ਵਿਆਹਾਂ 'ਤੇ ਕੀ ਹਾਲ ਹੁੰਦੇ ਆ। ਵਿਆਹ ਦਾ ਕਾਰਡ ਆਉਣਾ, ਘਰਦਿਆਂ ਨੂੰ ਪਹਿਲਾਂ ਹੀ ਗਸ਼ ਪੈ ਜਾਣੀ, ਬੱਚਿਆਂ ਨੇ ਕਹਿਣਾ ਉਹ ਮੰਮੀ ਵਿਆਹ 'ਤੇ ਠੀਕ ਆ ਪਰ ਪਾਪਾ ਦਾ ਕੀ ਕਰਾਂਗੇ, ਦੱਸੋ ਇਹ ਪਾਪਾ ਜੀ। ਹਾਂਜੀ ਹਾਂਜੀ ਠੀਕ ਹੈ, ਉਧਰ ਨਹੀਂ ਜਾਣਾ, ਮੈਂ ਕਿਹਾ ਉਧਰ ਨਹੀਂ ਜਾਣਾ ਪਰ ਇੱਧਰ ਆਉਣਾ ਵਾ, ਜੇ ਤੁਸੀਂ ਉੱਧਰ ਨਾ ਜਾ ਕੇ ਇੱਧਰ ਨਾ ਜੁੜੇ ਫੇਰ ਵੀ ਖਤਰਾ ਬਰਾਬਰ ਹੀ, ਜੇ ਗੱਲ ਸਮਝੋ ਫੇਰ ਜਿਹੜਾ ਮੂਡ ਖਰਾਬ। ਬਹੁਤ ਬੜੀਆ, ਉਹ ਵਿਆਹ 'ਤੇ ਜਾ ਕੇ ਤਮਾਸ਼ਾ ਹੀ ਬਣਨਾ ਵਾ, ਵਿਆਹ 'ਤੇ ਜਾ ਕੇ ਤਮਾਸ਼ਾ ਹੀ ਬਣਨਾ ਵਾ। ਅਸੀਂ ਇੱਕ ਵਿਆਹ 'ਤੇ ਜਾ ਕੇ ਇੰਨਾ ਵੀਕ ਐਕਸ਼ਨ ਕਰਤਾ ਉੱਥੇ, ਪਤਾ ਕੀ ਕਿਹਾ ਉਹਨਾਂ ਨੇ ਮੈਨੂੰ, ਕਹਿੰਦੇ ਫੜੇ ਮੂੰਹ ਤੇਰੇ ਜੰਮਣ ਵਾਲੀ ਦਾ ਹੀ, ਮੈਨੂੰ ਉਹ ਗੱਲ ਚੇਤੇ ਅਜੇ ਤੱਕ। ਦੱਸੋ ਦੱਸੋ ਕੀ ਕੀ ਬੰਦਾ ਰਹਿ ਗਿਆ ਉੱਥੇ, ਸਿਰਫ ਵੀ ਅਸੀਂ ਯਾਰਾਂ ਦੇ ਯਾਰ ਹੁੰਦੇ ਹਾਂ, ਅਸੀਂ ਯਾਰਾਂ ਦੇ ਯਾਰ ਹੁੰਦੇ ਹਾਂ, ਬਸ ਐਵੇਂ ਫੁਗਰੀਆਂ ਮਾਰ ਕੇ ਫੋਕੀਆਂ ਟੋਰਾਂ ਬਣਾ ਕੇ ਅਤੇ ਬਸ ਫੁਗਰਪਣਾ, ਫੁਗਰਪਣਾ ਬਹੁਤ ਸੀ ਮੇਰੇ 'ਚ, ਬਹੁਤ ਜ਼ਿਆਦਾ। ਇਹ ਸੱਜਣ ਆਪਣਾ, ਸੱਜਣ ਤਾਂ ਹੀ ਬੜੀ ਨਿਭਾਈ, ਪਰ ਜਿੱਦਾਂ ਸਾਡੀ ਵਾਰੀ ਆਈ ਹੈ ਉਹ ਹੈਗਾ ਹੀ ਮੈਸੇ ਵਾਈ ਜੋਗਾ ਵਾ,
ਮੈਨੂੰ ਪਤਾ ਲੱਗ ਗਿਆ ਮੇਰੀ ਕਿੰਨੀ ਕੁ ਆਦਤ ਹੈਗੀ ਆ, ਕਿੰਨੀ ਕੁ ਜੋਗਾ ਮੈਂ। ਉਹ ਬਿਲਕੁਲ ਸਹੀ ਆ, ਉਹ ਬਿਲਕੁਲ ਗਲਤ ਨਹੀਂ ਹੈਗੇ। ਹੁਣ ਨਹੀਂ ਮੈਂ ਕਿਸੇ ਸੱਜਣ 'ਤੇ ਕਾਬੂ ਆਉਂਦਾ, ਬਸ ਸਕਿੱਲ ਸਿੱਖ ਲਏ ਤੋਂ, ਸਿੱਖਦੇ ਪਏ ਰੋਜ਼, ਕੋਈ ਗੱਲ ਹੀ ਨਹੀਂ ਹੈਗੀ, ਕੋਈ ਗੱਲ। ਇੱਕ ਵਾਰੀ ਇੱਕ ਵਿਆਹ 'ਤੇ ਆਪਾਂ ਚੱਲੇ ਅਤੇ ਸ਼ਨੀਵਾਰ ਸ਼ਗਨ ਸੀ, ਐਤਵਾਰ ਵਿਆਹ ਸੀ। ਸ਼ਗਨ 'ਤੇ ਬੜਾ ਜ਼ਬਰਦਸਤ ਕੰਮ ਹੋ ਗਿਆ, ਬਹੁਤ ਲੜਾਈ ਲੜੂਈ ਹੋਈ, ਚੁੱਕ ਚੱਕ ਕੇ ਛੱਡ ਕੇ ਗਏ ਘਰ, ਅਤੇ ਅਗਲੇ ਦਿਨ ਵਿਆਹ ਸੀ। ਹੁਣ ਲੋਕਾਂ ਨੇ ਤਮਾਸ਼ਾ ਬੜਾ ਵੇਖਣਾ ਹੁੰਦਾ, ਅਤੇ ਨਹੀਂ ਜਾਣਾ ਘਰ ਦੇ ਕਹਿੰਦੇ ਨਹੀਂ ਜਾਣਾ ਨਹੀਂ ਜਾਣਾ। ਚਲੋ ਉਹ ਮੁੜ ਕੇ ਉਹ ਸੱਜਣ ਆ ਗਏ, ਆਓ ਜੀ, ਤੁਹਾਡੇ ਬਗੈਰ ਗੱਲ ਨਹੀਂ ਬਣਦੀ, ਤੁਹਾਡੇ ਬਗੈਰ ਮਹਿਫਲ ਨਹੀਂ ਜੰਮਣੀ। ਮੈਂ ਦਵਾ ਦਾ ਪੱਗ ਰੱਖੀ ਉਹ ਹੋਈ ਕੱਲ੍ਹ ਵਾਲੀ, ਅਤੇ ਉਹ ਪੱਗ ਦਾ ਪੱਲਾ ਨਾ ਆਵੇ, ਉਹ ਮੈਂ ਪੱਲਾ ਲਿਆਵਾਂ ਉਹ ਪੱਲਾ ਨਿਕਲ ਜੇ, ਪੱਲਾ ਲਿਆਵਾਂ ਪੱਲਾ ਨਿਕਲ ਜੇ। ਬੇਟਾ ਕਹਿੰਦਾ ਪਾਪਾ ਜਲਦੀ ਕਰੋ ਤੁਰੋ, ਉਹ ਮੈਂ ਹੈਗਾ ਪੱਗ ਤੇ। ਉਹ ਕਹਿੰਦਾ ਆ ਜਾਓ ਉੱਥੇ, 20 ਮਿੰਟ ਲੱਗਣੇ ਆ, ਮੁੜ ਕੇ ਤੁਹਾਨੂੰ ਘਰ ਹੀ ਛੱਡ ਜਾਣਾ ਸੀ। ਮੁੜ ਕੇ ਬੰਨਦੇ ਰਹੇ ਪੱਗਾਂ ਹੈਂ, ਬਿਲਕੁਲ ਠੀਕ ਹੈ। ਉਦੋਂ ਨਹੀਂ ਮੈਨੂੰ ਪਤਾ ਲੱਗਾ ਕੀ ਕਿਹਾ, ਇੱਥੇ ਆ ਕੇ ਦਿਮਾਗ ਖੁੱਲ੍ਹਿਆ। ਇਹ ਜਿੰਨੀਆਂ ਗੱਲਾਂ ਤੁਹਾਨੂੰ ਮੈਂ ਦੱਸਦਾ ਪਿਆ ਨਾ, ਇੱਥੇ ਆ ਕੇ ਦਿਮਾਗ ਖੁੱਲ੍ਹਣ ਤੋਂ ਬਾਅਦ ਮੈਨੂੰ ਫੀਲ ਹੋਈਆਂ, ਆਹ ਆਉਂਦੀ ਜ਼ਿੰਦਗੀ। ਵੀ ਤੁਸੀਂ ਵਿਆਹ 'ਤੇ ਜਾਓ ਅਤੇ ਤਮਾਸ਼ਾ ਬਣੇ ਹੋਵੋ, ਤੁਸੀਂ ਮਰੇ 'ਤੇ ਜਾਓ ਅਤੇ ਤਮਾਸ਼ਾ ਬਣੇ ਹੋਵੋ। ਬੱਚਿਆਂ ਦਾ ਕੀ ਕਸੂਰ ਆ, ਵਾਈਫ ਦਾ ਕੀ ਕਸੂਰ ਆ, ਮਾਂ ਪਿਓ ਦਾ ਕੀ ਕਸੂਰ ਆ? ਕੋਈ ਬਾਤ ਨਹੀਂ, ਮੇਰੀ ਜਦੋਂ ਮੰਗਣੀ ਹੋਈ ਨਾ ਅਤੇ ਆਪਾਂ ਬੜੀ ਪੱਗ ਪੁੱਗ ਬੰਨੀ, ਪੋਚ ਪਾਚ ਕੇ ਵਿਆਹ ਹੋਇਆ, ਅਤੇ ਜਦੋਂ ਮੈਂ ਸਹੁਰੇ ਗਿਆ ਨਾ, ਸਾਰੇ ਕਹਿਣ ਮੁੰਡਾ ਬਹੁਤ ਸੋਹਣਾ, ਮੁੰਡਾ ਬਹੁਤ ਵਧੀਆ, ਸਰਕਾਰੀ ਨੌਕਰੀ, ਆਪਣਾ ਘਰ, ਫਲਾਣ ਢੀਂਗ, ਸਾਰੇ ਮੈਨੂੰ ਕਹਿਣ, ਜਸਵੀਰ ਸਿੰਘ ਜੀ ਤੁਹਾਡਾ ਕੁਲੀਗ ਹੈਗਾ ਕੋਈ ਤੁਹਾਡੇ ਵਰਗਾ, ਸਪੋਰਟਸਮੈਨ ਹੋਵੇ, ਇਸ ਤਰ੍ਹਾਂ ਦਾ ਹੋਵੇ, ਇਸ ਤਰ੍ਹਾਂ ਹੋਵੇ। ਮੈਂ ਕਿਹਾ ਜੀ ਹੈਗੇ ਤਾਂ ਆ, ਪਰ ਮੇਰੇ ਵਰਗਾ ਕੋਈ ਨਹੀਂ ਹੈਗਾ, ਮੇਰੇ ਵਰਗਾ ਕੋਈ। ਉਸ ਦਿਨ ਸ਼ਾਮ ਨੂੰ ਜਦੋਂ ਸ਼ਰਾਬ ਪੀ ਕੇ ਮੈਂ ਮੇਜ਼ ਉਲਟਾਏ ਨਾ ਉੱਥੇ, ਕਹਿੰਦੇ ਪੜੇ ਮੈਂ ਤੁਹਾਡਾ ਕਿੱਥੇ ਕੁੜੀ ਰੋੜਦੀ ਤੀ। ਇਹ ਕਹਾਣੀ ਜੀ, ਆ ਜੇ ਕਹਾਣੀ, ਸੱਚੀ ਕਹਾਣੀ, ਸੱਚੀ ਕਹਾਣੀ ਆਉਂਦੀ ਨਾ, ਸੱਚੀ ਕਹਾਣੀਆਂ, ਇਹ ਆ ਸੱਚੀ ਕਹਾਣੀ।